ਭਗਵੰਤ ਮਾਨ ਦੇ ਪਹਿਲੀ ਵਾਰ MP ਬਣਨ ਮੌਕੇ ਅਕਸਰ ਵਿਰੋਧੀ ਧਿਰਾਂ ਉਹਨਾਂ ਤੇ ਸ਼ਰਾਬ ਪੀ ਕੇ ਸੰਸਦ ਵਿੱਚ ਆਉਣ ਦੇ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਸੀ, ਪਰ ਇਸ ਦੇ ਬਾਵਜੂਦ ਵੀ ਭਗਵੰਤ ਮਾਨ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਵਿਰੋਧੀਆਂ ਨੂੰ ਪੜਨੇ ਪਾ ਕੇ ਰੱਖਿਆ। ਹਾਲਾਂਕਿ ਭਗਵੰਤ ਮਾਨ ਨੇ ਪੰਜਾਬ ਵਿੱਚ ਇੱਕ ਸਮਾਗਮ ਦੌਰਾਨ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸ਼ਰਾਬ ਨੂੰ ਹੱਥ ਨਾ ਲਾਉਣ ਦੀ ਕਸਮ ਚੁੱਕੀ ਸੀ, ਪਰ ਹਾਲੇ ਵੀ ਸ਼ਾਇਦ ਵਿਰੋਧੀਆਂ ਨੂੰ ਉਹਨਾਂ ਦੀ ਕਸਮ ਤੇ ਕੋਈ ਖਾਸ ਭਰੋਸਾ ਨਹੀਂ ਆ ਰਿਹਾ। ਬੀਤੇ ਦਿਨੀ ਸੰਸਦ ਵਿੱਚ ਅਜਿਹਾ ਹੀ ਕੁਝ ਹੋਇਆ ਜਦੋਂ ਭਗਵੰਤ ਮਾਨ ਦਿੱਲੀ ਵਿੱਚ ਕੱਚੀਆਂ ਕਲੋਨੀਆਂ ਨੂੰ ਪੱਕਿਆਂ ਕਰਨ ਬਾਰੇ ਬਿੱਲ ਤੇ ਬੋਲ ਰਹੇ ਸੀ। ਇਸ ਦੌਰਾਨ ਇੱਕ ਸੰਸਦ ਮੈਂਬਰ ਨੇ ਉਹਨਾਂ ਨੂੰ ਸ਼ਰਾਬੀ ਸਮਝ ਕੇ ਉਹਨਾਂ ਵਿੱਚੋਂ ਸ਼ਰਾਬ ਦੀ ਸਮੈਲ ਲੈਣੀ ਚਾਹੀ ਅਤੇ ਸੰਸਦ ਮੈਂਬਰ ਦੀ ਇਹ ਹਰਕਤ ਕੈਮਰੇ ਵਿੱਚ ਰਿਕਾਰਡ ਹੋ ਗਈ। ਦੇਖੋ ਮੇਰੀ ਮੇਰੀ ਕਰ ਰਹੇ ਦਿੱਲੀ ਇਨਕੀ ਨਹੀਂ ਹੈ, ਦਿੱਲੀ ਅਬ ਇਨਕੀ ਨਹੀਂ ਹੈ। ਦੇਖੋ ਮੇਰੀ ਮੇਰੀ ਕਰ ਰਹੇ ਦਿੱਲੀ ਇਨਕੀ ਨਹੀਂ ਹੈ, ਦਿੱਲੀ ਅਬ ਇਨਕੀ ਨਹੀਂ ਹੈ। ਹਾਲਾਂਕਿ ਇਸ ਦੌਰਾਨ ਭਗਵੰਤ ਮਾਨ ਨੇ ਆਪਣਾ ਭਾਸ਼ਣ ਨਾ ਰੋਕਿਆ ਅਤੇ ਆਪਣੇ ਹੀ ਅੰਦਾਜ਼ ਵਿੱਚ ਆਪਣਾ ਭਾਸ਼ਣ ਜਾਰੀ ਰੱਖਿਆ। ਇਸ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ਤੇ ਵੀ ਖਾਸੇ ਨਿਸ਼ਾਨੇ ਲਾਏ। ਤੁਸੀਂ ਵੀ ਦੇਖੋ ਇੱਕ ਵਾਰ ਮਾਨ ਦੇ ਭਾਸ਼ਣ ਦੀਆਂ ਕੁਝ ਝਲਕੀਆਂ। ਦੇਖੋ ਯੇ ਮੇਰੀ ਮੇਰੀ ਕਰ ਰਹੇ ਦਿੱਲੀ ਇਨਕੀ ਨਹੀਂ ਹੈ, ਦਿੱਲੀ ਅਬ ਇਨਕੀ ਨਹੀਂ ਹੈ। ਰਾਜਧਾਨੀ ਮੇ 3 MLA ਹੈ, ਰਾਜਧਾਨੀ ਮੇ 3 MLA ਮਾਨਵਰ, ਰਾਜਧਾਨੀ ਮੇ 3 MCD ਕਿਸਕੀ ਹੈ, DDA ਕਿਸਕਾ ਹੈ, ਵੋ ਸਭ ਆਪਕਾ ਹੈ। ਅਬ ਰਵਿਦਾਸ ਕਾ ਮੰਦਿਰ ਤੋੜ ਦੇਤੇ ਹੋ, ਸਭ ਕੁਛ ਹੋ ਜਾਤਾ ਹੈ, ਤੋ ਅਰਵਿੰਦ ਕੇਜਰੀਵਾਲ ਕਾ ਕਸੂਰ ਕਿਆ ਹੈ? ਬੈਠੀਏ ਬੈਠੀਏ ਵਿਦੋੜੀ ਸਾਹਿਬ, ਆਰਾਮ ਸੇ ਬੈਠੀ। ਮਤਲਬ ਮਾਨਵਰ ਮਤਲਬ ਰਾਜਧਾਨੀ ਮੇ 3 MLA ਕੇ, ਕਾਂਗਰਸ ਕਾ ਤੋ ਕੋਈ ਵੀ ਨਹੀਂ ਹੈ, मान्य सदस्य को बोलने दे। और मान्य सदस्य आपसे आग्रह है कि राष्ट्रपति के अभिभाषण के समय तो आप पॉलिटिकल भाषा बोल सकते नहीं, आप इस विधेयक पर बोलिए। हाँ विधेयक को बोलिए। 20,000 लीटर पानी फ्री कर दिया, 16,00,000 घरों का जीरो बिल आया, तो किसने किया ना जी? अरविंद मतलब पूरा दिल्ली को देश समझ लिया उन्होंने, जो आता है दिल्ली। सर मान्यवर, मेरा आपसे आग्रह है, आपके जरिए सरकार को भी आग्रह है, हम तो फिर जीत जाएंगे। बिल में लिखा है कि जीतने हारने का? हम जीत जाएंगे फिर। बिल में लिखा है कि जीतने हारने का? बस जीत जाएंगे सर। तो ਇਹ ਤਾਂ ਨਹੀਂ ਪਤਾ ਕਿ ਸੰਸਦ ਮੈਂਬਰ ਦੀ ਇਸ ਹਰਕਤ ਦਾ ਭਗਵੰਤ ਮਾਨ ਨੂੰ ਪਤਾ ਲੱਗਿਆ ਜਾਂ ਫਿਰ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਭਗਵੰਤ ਮਾਨ ਦੇ ਫੈਨਸ ਨੂੰ ਸੰਸਦ ਵਿੱਚ ਹੋਈ ਇਹ ਹਰਕਤ ਜ਼ਰੂਰ ਚੁੱਭ ਰਹੀ ਹੈ। ਦੂਜੇ ਪਾਸੇ ਭਗਵੰਤ ਮਾਨ ਇਸ ਹਰਕਤ ਦਾ ਕੋਈ ਜਵਾਬ ਦਿੰਦੇ ਨੇ ਜਾਂ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।